ਪੁਰਾਤਨ ਵਿਰਸੇ ਦੇ ਜਾਣੇ ਪਹਿਚਾਣੇ ਸਾਹਿਤਕਾਰ ਬੂਟਾ ਸਿੰਘ ਗੁਲਾਮੀਵਾਲਾ ਅਤੇ ਉਹਨਾਂ ਦੇ ਭਰਾ ਕਾਰਜ ਸਿੰਘ ਮੰਗੇੜਾ ਦੇ ਸਤਿਕਾਰਯੋਗ ਪਿਤਾ ਸਰਦਾਰ ਬੂਟਾ ਸਿੰਘ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਅੰਮ੍ਰਿਤਸਰ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਭਾਈ ਲਾਲੋ ਜੀ ਵਿਖੇ ਕੀਤਾ ਗਿਆ, ਜਿਸ ਵਿੱਚ ਵੱਖਰੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਬੁੱਧੀਜੀਵੀ ਪਹੁੰਚੇ। ਇਸ ਸਮੇਂ CPIM ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜੀਤਾ ਸਿੰਘ ਨਾਰੰਗ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਪ੍ਰਧਾਨ ਭਗਤ ਨਾਮਦੇਵ ਜੀ, ਸਭਾ ਸ੍ਰੀ ਤਰਸੇਮ ਸਿੰਘ ਗਿੱਲ, ਕਾਂਗਰਸ ਪਾਰਟੀ ਆਗੂ ਸੋਹਣ ਸਿੰਘ ਕੇਲਾ ਜਲਾਲਾਬਾਦ, ਆਪ ਵੱਲੋਂ ਇਕਬਾਲ ਸਿੰਘ ਢੋਲੇਵਾਲਾ, ਮੁਲਾਜ਼ਮ ਆਗੂ ਸ੍ਰੀ ਮੇਵਾ ਸਿੰਘ ਅਤੇ ਬੂਟਾ ਸਿੰਘ ਗੁਲਾਮੀਵਾਲਾ ਵੱਲੋਂ ਬਾਬਾ ਬੂਟਾ ਸਿੰਘ ਦੇ ਜੀਵਨ ਨਾਲ ਸੰਬੰਧਿਤ ਅਨੇਕ ਘਟਨਾਵਾਂ ਬਾਰੇ ਕਿਹਾ ਕਿ ਉਹਨਾਂ ਨੇ ਇਮਾਨਦਾਰੀ, ਮਿੱਠ ਬੋਲੜਾ ਸੁਭਾਅ ਅਤੇ ਸਮੇਂ ਸਮੇਂ 'ਤੇ ਲੋੜਵੰਦਾਂ ਨੂੰ ਦਿੱਤੀਆਂ ਨੇਕ ਸਲਾਹਾਂ ਅਤੇ ਮੱਦੇਨਜ਼ਰ ਇਲਾਕੇ ਦੇ ਲੋਕ ਉਹਨਾਂ ਨੂੰ ਹਮੇਸ਼ਾ ਲਈ ਯਾਦ ਰੱਖਣਗੇ। ਝੂਠੇ ਦੇ ਕੇ ਜਗਤ ਮੈਂ
ਸਮਾਂ ਲਾਉਣ, ਕਿਉਂਕਿ ਇੱਕ ਨਾਲ ਹੋਰ ਵੀ ਬੂਟਾ ਸਿੰਘ ਜੀ ਦੀ ਸੱਸ ਉਹ ਵੀ ਚੜ੍ਹਾਈ ਕਰ ਗਏ, ਉੱਧਰ ਵੀ ਜਾਣਾ ਹੈ ਪਰਿਵਾਰ ਨੇ। ਸੋ ਇੱਧਰ ਭੋਗ ਉੱਧਰ ਅੱਜ ਸੰਸਕਾਰ ਵੀ ਹੈ। ਸੋ ਸਾਰਾ ਜਿਹੜਾ ਸਮਾਂ ਹੈ ਸੰਭਾਲਣਾ ਪਰਿਵਾਰ ਨੇ, ਕੁਝ ਇੱਥੇ ਆਏ ਹਨ ਉੱਥੇ ਵੀ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੀ ਸਾਧ ਸੰਗ ਜੀਓ ਫਤਿਹ ਦੀ ਸਾਂਝ ਪਾਇਆ। ਬਹੁਤ ਵਧੀਆ ਉਹਨਾਂ ਦਾ ਪਾਠ ਸੀ, ਜਿਨ੍ਹਾਂ ਨੇ ਸੁਣਿਆ ਉਹ ਬਾਬਾ ਫਰੀਦ ਜੀ ਨਾਲ ਤੇ ਬਾਬਾ ਭਗਤ ਕਬੀਰ ਜੀ ਨਾਲ ਉਹਨਾਂ ਦੀ ਲਿਖ ਲਵਾ ਦਿੰਦੇ ਸੀ, ਆਪ ਜੀ ਦਾ ਲਾਉਂਦੇ ਲਾਉਂਦੇ ਸੀ, ਨਾਲ ਜਿਹੜੀ ਬੈਠੀ ਸੰਗਤ ਸੀ ਉਹਨਾਂ ਦੀ ਵੀ ਲਵਾ ਦਿੰਦੇ ਸੀ। ਔਰ ਬਹੁਤ ਹੀ ਉਹਨਾਂ ਦੇ ਜੀਵਨ ਸਾਥੀ, ਅੱਜ ਤੋਂ 3 ਸਾਲ ਪਹਿਲਾਂ ਮਾਤਾ ਸੁਰਜੀਤ ਕੌਰ ਜੀ ਉਹ ਵਿਛੋੜਾ ਦੇ ਗਏ ਤੇ ਹੁਣ ਬਾਪੂ ਜੀ ਚਾਰ ਵਿਛੋੜਾ ਦੇ ਗਏ। ਬੂਟਾ ਗੁਲਾਮੀ ਸਿੰਘ ਵਾਲਾ ਉਹਨਾਂ ਦਾ ਵੱਡਾ ਸਪੁੱਤਰ, ਜਿਸ ਦੀਆਂ ਕਿਰਪਾਵਾਂ ਬੂਟਾ ਸਿੰਘ ਗੁਲਾਮੀ ਵਾਲਾ ਉਹਨਾਂ ਦੀਆਂ ਕਿਤਾਬਾਂ ਮੈਂ ਪਾਕਿਸਤਾਨ ਕਿਹੋ ਜਿਹਾ ਵੇਖਿਆ, ਔਰ ਹੇਮਕੁੰਟ ਸਾਹਿਬ ਦੀ ਯਾਤਰਾ ਇਹੋ ਜਿਹੀਆਂ ਬਹੁਤ ਉਹਨਾਂ ਦੀਆਂ ਪੁਸਤਕਾਂ ਲਿਖੀਆਂ ਗਈਆਂ ਉਹਨਾਂ ਦੁਆਰਾ। ਉਹਨਾਂ ਦੇ ਛੋਟੇ ਸਪੁੱਤਰ ਕਾਲੇ ਸਿੰਘ ਮੰਗੇੜਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਕਵੀ ਦੇ ਜਦੋਂ ਬੈਠੀ ਸਾਧ ਸੰਗਤ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੁੱਢਾ ਜੀ ਜੋ ਕਿ ਸਾਡੇ ਵਿੱਚ ਪੈਦਾ ਨਹੀਂ ਹੈ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਈ ਸਾਧ ਸੰਗਤ ਉਸਨੇ ਇੱਕ ਦਿਨ ਇਸ ਦੁਨੀਆਂ ਤੋਂ ਚਲੇ ਜਾਣਾ ਹੈ, ਸਾਨੂੰ ਸਾਰਿਆਂ ਨੂੰ ਪਤਾ। ਪਰੰਤੂ ਜਿਸ ਹਿਸਾਬ ਨਾਲ ਸਾਡੇ ਕੋਲ ਵਿਛੋੜਾ ਬਾਬਾ ਬੁੱਢਾ ਸਿੰਘ ਜੀ ਨੇ ਲਿਆ ਹੈ, ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਭਾਗਾਂ ਵਾਲੇ ਦੇ ਕਰਮਾਂ ਚ ਆਉਂਦਾ ਹੈ ਜਾਣਾ ਹੱਕ ਨਹੀਂ ਹੋਣਾ। ਵੇਖੋ ਅਸੀਂ ਉਸਦੀ ਗੱਲ ਕਰਦੇ ਹਾਂ, ਉਸ ਦਰਖਤ ਦੀ ਜਿਹਦੀ ਅਸੀਂ ਦਾਲ ਅੱਗੇ ਜਾ ਕੇ ਲਾਉਂਦੇ ਹਾਂ ਅਤੇ ਉਸਦੇ ਫਲ ਮੁੱਕੇ ਹੁੰਦੇ ਹੈ ਅਤੇ ਅਸੀਂ ਕਹਿੰਦੇ ਹਾਂ ਫਲਾਣੇ ਦਰਖਤ ਦੀ ਦਾਲ। ਇਸੇ ਤਰ੍ਹਾਂ ਜੇ ਗੱਲ ਕਰੀਏ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਦਾ ਅਸਰ ਹੈ ਕਿ ਉਹਨਾਂ ਦੇ ਜੋ ਬੇਟੇ ਵੱਡੇ ਬੂਟਾ ਸਿੰਘ ਗੁਲਾਮੀ ਵਾਲਾ ਜੋ ਕਿ ਸਾਡੇ ਪੰਜਾਬੀ ਸਾਹਿਤਕਾਰ ਦੇ ਵਿੱਚੋਂ ਪੁਰਾਤਨ ਸੱਭਿਆਚਾਰ ਨੂੰ ਆਪਣੇ ਕਲਮ ਦੇ ਜ਼ਰੀਏ ਸਾਡੇ ਸਾਹਮਣੇ ਕਰਦੇ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਕਿਹਾ ਹੋਇਆ ਕਿ ਟਾਈਮ ਬਹੁਤ ਕੀਮਤੀ ਹੈ। ਬੂਟਾ ਗੁਲਾਮੀ ਵਾਲੇ ਜੀ ਦੀ ਗੱਲ ਕਰੀਏ, ਉਹਨਾਂ ਦੀ ਪਿਤਾ ਦੀ ਦੇਣ ਹੈ ਕਿ ਉਹਨਾਂ ਵਿੱਚ ਹਲੀਮੀ ਹੈ, ਕਿਉਂਕਿ ਖੁਦ ਉਹਨਾਂ ਦੇ ਪਿਤਾ ਜੀ ਦਾ ਵੀ ਜੋ ਦੇਣ ਆ ਜਿਹਦਾ ਜੋ ਹੱਕ ਆ ਉਹ ਦੱਸਦਾ ਹੈ ਕਿ ਉਹਨਾਂ ਦੀ ਸਾਡੇ ਇਲਾਕੇ ਵਿੱਚ ਕਾਫੀ ਬਣ ਗਈ। ਇਹ ਬੂਟਾ ਗੁਲਾਮੀ ਵਾਲਾ ਦੇ ਹਿੱਸੇ ਆਇਆ ਕਿ ਪਾਕਿਸਤਾਨ ਦੀਆਂ ਮਹਿਫਲਾਂ ਦੇ ਵਿੱਚ ਕਵੀ ਦਰਬਾਰ ਵਿੱਚ ਸਮੂਲੀਅਤ ਕਰਨੀ ਔਰ ਸਾਡੇ ਜਲੰਧਰ ਦੂਰਦਰਸ਼ਨ ਤੋਂ ਸਾਨੂੰ ਖੋਣਾ ਔਰ ਵੱਖਰੋ ਵੱਖਰੀ ਤਰ੍ਹਾਂ ਦੀਆਂ ਕਿਤਾਬਾਂ ਦਾ ਰਚਨਾਵਾਂ ਜਿਹੜੀ ਹੈ ਉਹ ਕਰਨੀ ਔਰ ਇਹਨਾਂ ਦੇ ਛੋਟੇ ਭਾਈ ਜੋ ਕਾਰਨ ਸਿੰਘ ਮੰਗੇੜਾ ਉਹਨਾਂ ਨੂੰ ਇਸ ਗੇੜੀ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦਾ ਵੀ ਜੋ ਦੇਣ ਹੈ ਇਹ ਉਹਨਾਂ ਦੀ ਹੀ ਆਖਾਂਗੇ ਕਿ ਉਹਨਾਂ ਦੇ ਪਿਤਾ ਜੀ ਦੀ ਹੀ ਦੇਣ ਹੈ। ਕਦੇ ਵੀ ਕਿਤੇ ਕਿਸੇ ਦੀ ਕੋਈ ਪ੍ਰਾਪਤੀ ਹੁੰਦੀ ਹੈ ਅਤੇ ਸੱਥਾਂ 'ਚ ਬੈਠੇ ਲੋਕ ਜਦੋਂ ਕੋਲ ਦੀ ਕੋਈ ਲੰਘਦਾ ਹੈ ਉਹਨਾਂ ਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਹੁੰਦਾ, ਪਰੰਤੂ ਉਹ ਇਹ ਗੱਲ ਜ਼ਰੂਰ ਕਹਿੰਦੇ ਹੈ ਵੀ ਇਹ ਬਾਬਾ ਬੁੱਢਾ ਸਿੰਘ ਜੀ ਦੇ ਲੜਕੇ ਹੈ, ਉਹਨਾਂ ਨੂੰ ਭਾਵੇਂ ਨਾਂ ਜਾਣਦੇ ਹੋ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ, ਮੇਰੇ ਵੱਲੋਂ ਔਰ ਮੇਰੀ ਪਾਰਟੀ CPIM ਵੱਲੋਂ ਅਸੀਂ ਸ਼ਰਤਾਂ ਦਾ ਪ੍ਰਗਟ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੰਗ ਉੱਤੇ ਰੱਖ ਫਕੀਰਾ ਐਸਾ ਬਹਿਨ ਕਲੋਨ, ਕੋਲ ਹੋ ਤਾਂ ਹੱਸਣ ਸਾਰੇ ਪੁਰ ਜਾਮਣ ਤਾਂ ਰੋਣ, ਜੁਗੋ ਜੁਗ ਅਟਲ
ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਬੁੱਢਾ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਜੁੜ ਚੁੱਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਸਮਾਨ ਦੂਰੋਂ ਨੇੜੇ ਚੱਲ ਕੇ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਰਿਸ਼ਤੇਦਾਰ ਸਮਾਨ ਅਤੇ ਸਮੂਹ ਗੁਰੂ ਸਿੱਖਾਂ ਦੇ ਸ਼ਹਿਰ ਵਾਸੀਓ ਫਤਿਹ ਦੀ ਸਾਂਝ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਰਾਮ ਰਾਉ ਕੋ ਨਾਰੇ ਰੰਗ ਨਾ ਤੂੰ ਫਕੀਰ, ਵਾਰੀ ਆਪੋ ਆਪਣੀ ਕੋ ਨਾ ਪੰਨੇ ਤੀਰ ਦੇ ਮਾਂ ਵਾਕ ਅਨਸਾਰ। ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਬੁੱਢਾ ਸਿੰਘ ਜੀ ਉਜਰ ਕਰਨਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਨ। ਉਹਨਾਂ ਦੇ ਜਾਣਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਮਾਂ ਪਿਓ ਦੇ ਜਾਣ ਤੋਂ ਬਾਅਦ ਘਰ ਵਿਹਲਾ ਲੱਗਣ ਲੱਗ ਜਾਂਦਾ। ਕੁਛ ਦੋ ਤਿੰਨ ਸਾਲ ਪਹਿਲਾਂ ਬੁੱਢਾ ਜੀ ਦੀ ਮਾਤਾ ਜੀ ਦੀ ਡੈਥ ਹੋਈ ਸੀ, ਅਸੀਂ ਉਦੋਂ ਆਏ ਸੀ ਪਰਿਵਾਰ ਨਾਲ, ਕਿਉਂਕਿ ਮੇਰੀ ਇਹਨਾਂ ਦਾ ਲੰਬੀ ਸਾਂਝ ਹੈ। ਮੇਰੇ ਸਾਹਿਬ ਜਸਵੀਰ ਸਿੰਘ ਜੀ ਕਲਸੀ ਸਾਹਿਬ ਹੋਣੇ ਇਹਨਾਂ ਦੀਆਂ ਕਿਤਾਬਾਂ ਪੜ੍ਹਨ ਮੈਨੂੰ ਲਾਇਆ ਸੀ, ਅਤੇ ਉਸ ਤੋਂ ਬਾਅਦ ਮੈਂ ਬੁੱਢਾ ਦੀਆਂ ਹਰ ਕਿਤਾਬਾਂ ਜਾਂ ਕੋਈ ਕਿਤਾਬ ਹੋਵੇ ਤੇ ਮੈਨੂੰ ਭੇਜਦੇ ਵੀ ਹੈ ਤੇ ਮੈਂ ਉਹ ਪੜ੍ਹਦਾ ਵੀ ਹੈ। ਅਸੀਂ ਸੁਣ ਕੇ ਬੜਾ ਦੁੱਖ ਹੋਇਆ, ਤੁਸੀਂ ਸਾਰੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੋ। ਜਰੂਰੀ ਜੋ ਸਟੇਜ ਤੇ ਬੋਲਦੇ ਨੇ ਉਹੀ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਤਕ ਹੋ ਜਾਂਦੇ ਨੇ ਉਹ ਸਾਰੇ ਹੀ ਸ਼ਰਧਾ ਦੇ ਫੁੱਲ ਭੇਟ ਕਰਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦੇ ਵਿੱਚ ਕੱਤਰ ਹੋਈ ਸਮੁੱਚੀ ਸਾਹਿਬ ਸ੍ਰੀ ਗੁਰੂ ਵਾਲਾ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਪ੍ਰਮਾਣ ਹੈ ਜਿਹਾ ਜੀਰੀ ਮਿਲਿਆ ਤਿਹਾ ਹੁਕਮ ਗਮਾਏ, ਹਲੇ ਆਵੇ ਨਾਨਕਾ ਸਦੇ ਉੱਠੇ ਜਾਏ ਤੇ ਮਹਾਂਕਾ ਅਨੁਸਾਰ। ਅੱਜ ਆਪਾਂ ਮੈਂ ਸਮਝਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬੁੱਢਾ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਇਕੱਤਰ ਹੋਏ। ਸਮਾਂ ਇੱਕ ਹੋ ਚੁੱਕਾ, ਸੋ ਜੇ ਮੈਂ ਗੱਲ ਕਰਾਂ ਸਾਡੇ ਬਜ਼ੁਰਗ ਸਾਡੇ ਫੁੱਪੜ ਜੀ ਬੁੱਢਾ ਸਿੰਘ ਜੀ, ਸੋ ਮੈਂ ਸਮਝਦਾ ਤਕਰੀਬਨ ਇੱਥੇ ਕੋਟੀ ਸਿੰਘਾਂ ਵਿੱਚ ਪਿਛਲੇ 30 ਸਾਲ ਤੋਂ ਇਹ ਇਹ ਵਸਨੀਕ ਨੇ। ਸੋ ਜਿਹੜਾ ਇਹਨਾਂ ਦਾ ਸੁਭਾਅ ਉਹ ਸਾਰੇ ਗੰਭੀਰ ਸਿੰਘ ਬੈਠੇ ਹੈ ਇਹ ਜਾਣਦੇ ਆ। ਇਹਨਾਂ ਦਾ ਇੰਨੀ ਸਹਿਜਤਾ ਜਿੱਦਾਂ ਮੇਰਾ ਇਹ ਮਿਲਦਾ, ਕਿਉਂਕਿ ਮੇਰੇ ਨਾਲ ਬੜਾ ਨਿੱਜੀ ਪਿਆਰ ਦਿੰਦਾ, ਜੇ ਮੈਂ ਨਾ ਮਿਲਣਾ ਤੇ ਮੈਨੂੰ ਮੈਂ ਸਿੰਘਾ ਕਰ। ਜਪਜੀਤ ਸਾਹਿਬ ਇਹਨਾਂ ਨੇ ਬੜੀ ਮਹਾਨਤਾ ਦਿੱਤੀ, ਜਪਜੀਤ ਸਾਹਿਬ ਦੇ ਪਾਠ ਨੂੰ ਕਿਉਂਕਿ ਬਹੁਤ ਸਤਿਕਾਰ ਇਹਨਾਂ ਨੇ ਜਪਜੀਤ ਸਾਹਿਬ ਦਾ ਕੀਤਾ ਤੇ ਕਰਨਾ ਵੀ ਚਾਹੀਦਾ ਆਪਣੇ ਸਾਰਿਆਂ ਨੂੰ। ਜਦੋਂ ਮਿਲਦਾ ਇਹਨਾਂ ਨੇ ਸਮਝਣਾ ਦਿੱਤੀ, ਸਵੇਰੇ ਉੱਠ ਕੇ ਜਪਜੀਤ ਸਾਹਿਬ ਦੇ ਘੱਟੋ ਘੱਟ 5 ਪਾਠ ਦਾ ਜ਼ਰੂਰ ਕਰੋ, ਜੇ ਨਹੀਂ ਤੇ 1 ਜ਼ਰੂਰ ਕਰੋ। ਸੋ ਬੜੀ ਮੈਂ ਸਮਝਦਾ ਜੋ ਕੁਛ ਵੀ ਇਹਨਾਂ ਦੇ ਬੇਟੇ ਨੇ ਇਹਨਾਂ ਦੀ ਮਾਤਾ ਦੀ ਬਦੌਲਤ ਤੇ ਬਾਬਾ ਬੁੱਢਾ ਸਿੰਘ ਦੀ ਬਦੌਲਤ। ਸੋ ਸਾਰੇ ਆਪਾਂ ਜਾਣਦੇ ਹਾਂ ਇਹਨਾਂ ਦੇ ਬੇਟੇ ਜਿਹੜੇ ਦੋ ਲੜਕੀਆਂ, ਸਾਰਾ ਪਰਿਵਾਰ ਬਹੁਤ ਸੁਖੀ ਹੈ। ਪੋਤਰੇ ਵਿਗਾ ਪੜ੍ਹ ਕੇ ਉਹਨਾਂ ਨੂੰ ਨੌਕਰੀ, ਇੱਕ ਪੋਤਰੇ ਨੂੰ ਸਰਕਾਰੀ ਨੌਕਰੀ ਮਿਲ ਗਈ, ਦੂਜਾ ਵੀ ਨੌਕਰੀ ਕਰ ਰਿਹਾ। ਅੱਜ ਤੁਸੀਂ ਦੇਖ ਰਹੇ ਜੀ ਸਰਦਾਰ ਬੁੱਢਾ ਸਿੰਘ ਜਿਹੜੀ ਠੇਠ ਪੰਜਾਬੀ, ਮੈਂ ਸਮਝਦਾ ਠੇਠ ਪੰਜਾਬੀ ਦੇ ਵਿੱਚ ਕਲਮਬੰਦ ਇਹਨਾਂ ਨੇ ਬਹੁਤ ਕਿਤਾਬਾਂ ਰਚੀਆਂ, ਬਹੁਤ ਕੁਛ ਆਪਣੇ ਪੜ੍ਹਨ ਨੂੰ ਮਿਲਦਾ। ਇਹਨਾਂ ਬੇਟੇ ਕਾਰ ਸਿੰਘ ਇਹੋ ਜਿਹੀਆਂ ਸ਼ਖਸੀਅਤਾਂ ਬਾਬਾ ਬੁੱਢਾ ਸਿੰਘ ਦੀ ਸਾਰੀ ਦੇਣ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੰਡ ਮੱਲਿਆ। ਗੁਰਬਾਣੀ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਬੁੱਢਾ ਸਿੰਘ ਜੀ ਜਿਹੜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਆ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਔਰ ਪਰਿਵਾਰ ਨੂੰ ਕਲਵਾਸਾ ਦੇਣ ਵਾਸਤੇ ਸਮੁੱਚੀ ਸਾਧ ਸੰਗਤ ਇਲਾਕੇ ਭਰ ਤੋਂ, ਵੱਖ ਵੱਖ ਰਾਜਨੀਤਿਕ ਪਾਰਟੀਆਂ ਤੋਂ ਔਰ ਸ਼ਹਿਰ ਦੇ ਮੌਜੂਦ ਸ਼ਖਸੀਅਤਾਂ, ਸ੍ਰੀ ਵਿਜੇ ਕੁਮਾਰ ਜੀ ਧੀ, ਸਰਦਾਰ ਪ੍ਰਕਾਸ਼ ਸਿੰਘ ਜੀ, ਬਿੱਲਾ ਜੀ, ਕੁਆਲੀ ਜੀ, ਖੇਲਾ ਜੀ ਔਰ ਜਿੰਨੀਆਂ ਵੀ
ਕਵੀ ਚਰਨ ਜਿਹੜੇ ਇੱਥੇ ਆਏ ਆ ਕਿਉਂਕਿ ਸਾਡੇ ਜਿਹੜਾ ਭਰਾ ਬੂਟਾ ਸਿੰਘ ਗੁਲਾਮੀ ਵਾਲਾ ਉਹ ਕਵੀ ਕਰਤਾ ਉਹਦਾ ਉਹਦੇ ਨਾਲ ਵੀ ਸਨੇਹ ਰੱਖਣ ਵਾਲੇ ਜਿਹੜੇ ਲੋਕ ਇੱਥੇ ਆਏ ਆ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਜ਼ੁਰਗਾਂ ਦਾ ਨਾਮ ਜਿਹੜਾ ਉਹ ਸਰਦਾਰ ਬੁੱਢਾ ਸਿੰਘ ਹੈ ਔਰ ਬਾਬਾ ਬੁੱਢਾ ਜੀ ਦਾ ਨਾਮ ਲੈਂਦੇ ਹਰ ਸਿੱਖ ਦਾ ਜਿਹੜਾ ਸੀਸ ਉਹ ਝੁਕ ਜਾਂਦਾ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਨਾਂ ਹੈ ਉਹਨਾਂ ਨੇ ਆਪਣੇ ਨਾਂ ਦੇ ਨਾਲ ਪੂਰਾ ਨਿਸਾਬ ਕੀਤਾ ਇਹ ਫਿਰ ਆਪਾਂ ਸੁਣਦੇ ਹਾਂ ਕਿੰਨੇ ਬੰਦੇ ਦਾ ਨਾਂ ਸ਼ੇਰ ਸਿੰਘ ਹੁੰਦਾ ਉਹ ਡਰਦਾ ਰਾਤ ਨੂੰ ਬੋਹ ਨਹੀਂ ਖੋਲਦਾ ਹਰ ਬੰਦਾ ਆਪਣੇ ਨਾਂ ਦੀ ਇੱਜ਼ਤ ਜਿਹੜੀ ਉਹ ਬਰਕਰਾਰ ਰੱਖਣੀ ਚਾਹੁੰਦਾ ਪਰ ਰੱਖ ਨਹੀਂ ਸਕਦੇ ਪਰ ਸਾਡੇ ਇਹਨਾਂ ਬਜ਼ੁਰਗਾਂ ਨੇ ਉਹ ਜਿਹੜਾ ਨਾਂ ਸੀ ਉਹਨਾਂ ਦੇ ਸਰਕਾਰੀਯੋਗ ਬਜ਼ੁਰਗਾਂ ਨੇ ਰੱਖਿਆ ਬੁੱਢਾ ਸਿੰਘ ਉਸ ਨਾਂ ਦੇ ਨਾਲ ਪੂਰੀ ਜਿਹੜੀ ਹੈ ਉਹਨਾਂ ਨੇ ਇਨਸਾਫ ਕੀਤਾ ਔਰ ਸਾਰੀ ਜ਼ਿੰਦਗੀ ਗੁਰੂ ਘਰ ਦੇ ਨਾਲ ਉਹ ਜੁੜੇ ਰਹੇ ਆ ਔਰ ਬਾਬਾ ਬੁੱਢਾ ਜੀ ਦੇ ਪਾਏ ਪੂਰੇ ਦੇ ਚੱਲਦੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਗ੍ਰੰਥੀ ਦੀ ਵੀ ਸੇਵਾ ਜਿਹੜੀ ਆ ਉਹ ਨਿਭਾਈ ਹੈ ਔਰ ਸਿਆਣੇ ਕਹਿੰਦੇ ਆ ਮਾਲੀ ਦੀ ਜਿਹੜੀ ਆ ਸਿਆਣਪ ਉਹਦੀ ਫੁਲਵਾੜੀ ਤੋਂ ਉਹਦੀ ਬਗੀਚੀ ਤੋਂ ਲੱਗਦੀ ਹੈ ਜਿਸ ਤਰ੍ਹਾਂ ਦੇ ਸੰਸਕਾਰ ਉਹਨਾਂ ਨੇ ਆਪਦੇ ਬੱਚਿਆਂ ਨੂੰ ਦਿੱਤੇ ਆ ਉਹਨਾਂ ਦੀ ਜਿਹੜੀ ਉਹ ਫੁਲਵਾੜੀ ਹੈ ਉਹ ਜਿੱਥੋਂ ਜਿੱਥੋਂ ਤੱਕ ਉਹ ਫੁਲਵਾੜੀ ਦੀ ਮਹਿਕ ਗਈ ਹੈ ਉੱਥੋਂ ਉੱਥੋਂ ਦੇ ਸੰਤ ਸੱਜਣ ਜਿਹੜੇ ਉਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ ਆਏ ਆ ਔਰ ਮੈਂ ਆਪਣੇ ਵੱਲੋਂ ਔਰ ਹਲਕਾ ਹੈ ਸਵਰਗ ਦਵਿੰਦਰਜੀਤ ਸਿੰਘ ਦੀ ਲਾਡੀ ਠੋਸ ਸਵੇਰੇ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਅਸੀਂ ਚੰਡੀਗੜ੍ਹ ਤੁਸੀਂ ਜ਼ਰੂਰੀ ਜਾਣਾ ਮੇਰੀ ਉੱਥੇ ਹਾਜ਼ਰੀ ਲਵਾ ਕੇ ਆਉਣੀ ਹੈ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਦੇ ਨਾਲ ਬਹੁਤ ਸਨੇਹ ਹੈ ਮੈਂ MLA ਸਾਹਿਬ ਵੱਲੋਂ ਆਪਣੇ ਵੱਲੋਂ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦਾ ਆ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਬਾਪੂ ਜੀ ਨੇ ਸਾਰੀ ਉਮਰ ਤੁਹਾਡੇ ਚਰਨਾਂ ਦੇ ਵਿੱਚ ਗੁਜ਼ਾਰੀ ਹੈ ਔਰ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਹੀ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਪਲ ਬਖਸ਼ਣਾ ਔਰ ਬਜ਼ੁਰਗਾਂ ਦੇ ਪਦ ਚਿੰਨ੍ਹਾਂ ਦੇ ਚੱਲਣ ਦੀ ਜਿਹੜੀ ਹੈ ਸਮਰੱਥਾ ਬਖਸ਼ਣੀ ਬੁੱਧੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਾਧ ਸੰਗਤ ਹੈ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਹੈ ਸਾਡੇ ਪਿਤਾ ਰੱਬ ਵਰਗੇ ਸਾਡੇ ਪਿਤਾ ਬੁੱਢਾ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਨੇ ਮੈਂ ਕਿਹਦਾ ਕਿਹਦਾ ਨਾਂ ਲਵਾਂ ਟਾਈਮ ਘੱਟ ਹੈ ਤੁਸੀਂ ਸੁਣੀ ਗਿਆ ਬਗੈਰ ਕਿਸੇ ਦਾ ਨਾਂ ਹੈ ਜੋ ਸਮੁੱਚੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੁਣ ਇਸ ਗੁਰਦੁਆਰਾ ਸਾਹਿਬ ਭਾਈ ਲਾਲੋ ਗੁਰਦੁਆਰਾ ਭਾਈ ਲਾਲੋ ਜੀ ਵੱਲੋਂ ਸੇਵਾਦਾਰਾਂ ਵੱਲੋਂ ਕਮੇਟੀ ਵੱਲੋਂ ਸਰੋਪਾ ਭੇਟ ਕੀਤਾ ਜਾਣਾ ਹੈ ਉਹ ਸਰੋਪੇ ਦੀ ਰਸਮ ਇਹ ਜਿਹੜੇ ਸਿੰਘ ਨੇ ਉਹ ਕਰ ਰਹੇ ਨੇ ਤੇ ਸਮੁੱਚੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਬੇਨਤੀ ਕਰਾਂਗੇ ਕਿ ਸਾਰੇ ਲੰਗਰ ਪਾਣੀ ਛੱਕ ਕੇ ਜਾਇਆ ਜੀ ਕਿਸੇ ਦਾ ਨਾਂ ਰਹਿ ਗਿਆ ਕਿਸੇ ਨੂੰ ਸਮਾਂ ਨਹੀਂ ਮਿਲਿਆ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰੂੰਗਾ ਇਸ ਗੁਰਦੁਆਰਾ ਦੇ ਪ੍ਰਧਾਨ ਸਾਹਿਬ ਕਸ਼ਮੀਰ ਸਿੰਘ ਜੀ ਉਹ ਸੋਪਾ ਭੇਟ ਕਰਨਗੇ ਬੂਟਾ ਗੁਲਾਮੀ ਵਾਲੇ ਜੀ ਨੂੰ ਸਾਡੇ ਕੋਲੇ ਹੋਰ ਹੀ ਵਾਹਿਗੁਰੂ ਸਾਹਿਬ ਜੀ ਸੋਹਣੇ ਮਾਨਦਾ ਪ੍ਰਜਵਾ ਬੈਂਤੀ ਜਾਤ ਕਰੇ ਕ੍ਰਿਸ਼ਨ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਬੈਂਤੀ ਜਾਤ ਕਰੇ ਕ੍ਰਿਸ਼ਨ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਮਾਧਵ ਪਗ ਜਨ ਨਿਤ ਰਾਣੀ ਜਨਮ ਪਦਾਰਥ ਜੀਤ ਸਖੀ ਅਰਾਮ ਕਰਤ ਵਿਕਾਰ
राम रत्न हृदय तिल नहीं तारत परने फुकने संग अवधानी जय जगदीश की कथने जानी शरण सम्राट अगोचर स्वामी उदर नानक प्रंतर जामी शरण सम्राट अगोचर स्वामी उदर नानक प्रंतर जामी वाहिगुरु जी का खालसा वाहिगुरु।